ਸੂਈ ਸਵੇਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਵਰਲਡ ਆਫ ਬੁੱਕਸ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਪਹੁੰਚੇ ਹੋਏ ਹਾਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ, ਅਤੇ ਇੱਥੋਂ ਦੇ ਕਰਤਾ ਧਰਤਾ ਅਮਿਤ ਮਿੱਤਰ ਜੀ ਸਾਡੇ ਨਾਲ ਨੇ। ਆਓ ਉਹਨਾਂ ਦੇ ਨਾਲ ਤਰਕਸ਼ੀਲ ਸਾਹਿਤ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਹਾਂ। ਸਵਾਗਤ ਹੈ ਅਮਿਤ ਮਿੱਤਰ। ਥੈਂਕ ਯੂ ਦੋਸਤੋ, ਤੁਸੀਂ ਅੱਜ ਮੇਰੇ ਕੋਲ ਆਏ, ਮੈਂ ਤੁਹਾਡਾ ਧੰਨਵਾਦੀ ਹਾਂ ਜੀ। ਅੱਛਾ, ਤਰਕਸ਼ੀਲ ਜਿਹੜਾ ਸਾਹਿਤ ਹੈ ਜਿਹੜਾ ਤੁਸੀਂ ਤਰਕ ਭਾਰਤੀ ਪ੍ਰਕਾਸ਼ਨ, ਇਹਦੀ ਹੋਂਦ ਕਦੋਂ ਹੋਂਦ ਵਿੱਚ ਆਇਆ? ਇਹ ਇੰਝ ਆਇਆ ਵੀ 1984 ਦੇ ਵਿੱਚ ਮੇਰੇ ਪਿਤਾ ਸ਼੍ਰੀ ਮੇਰੇ ਮਿੱਤਰ ਜੀ ਕੋਲ ਇੱਕ ਕਿਤਾਬ ਆਈ ਡਾਕਟਰ ਕਪੂਰ ਦੀ ਲਿਖੀ ਵੀ, ਜਿਨ੍ਹਾਂ ਦਾ ਉਹਨਾਂ ਨੇ ਪੰਜਾਬੀ ਅਨੁਵਾਦ ਕੀਤਾ ਅਤੇ ਉਹਦਾ ਨਾਂ ਰੱਖਿਆ ਤੇ ਦੇਵ ਪੁਰਸ਼ ਹਾਰ ਗਏ। ਜਦੋਂ ਤੇ ਦੇਵ ਪੁਰਸ਼ ਹਾਰ ਗਏ ਕਿਤਾਬ ਉਹ ਲੋਕਾਂ ਦੇ ਵਿੱਚ ਲੈ ਕੇ ਗਈ ਤਾਂ ਲੋਕਾਂ ਨੇ ਕਾਫੀ ਪਸੰਦ ਕੀਤੀ, ਅਤੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗ ਗਏ, ਤਾਂ ਉਹਦੇ ਬਦਲ 'ਚ ਉਹਨਾਂ ਨੇ ਅੱਗੇ ਤਰਕਸ਼ੀਲ ਲਹਿਰ ਉੱਤਰੀ ਭਾਰਤ ਦੇ ਵਿੱਚ ਸਮਝ ਲਓ ਉਹਦੀ ਨੀਂਹ ਰੱਖੀ। ਉਸ ਲਹਿਰ ਨੇ ਜਿਉਂ ਜਿਉਂ ਲੋਕਾਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਲੋਕਾਂ ਦੀਆਂ ਆਪਦੀਆਂ ਸਮੱਸਿਆਵਾਂ ਲੋਕ ਸ਼ੇਅਰ ਕਰਦੇ, ਤਾਂ ਉਹਨਾਂ 'ਚੋਂ ਅੱਗੇ ਦੀ ਅੱਗੇ ਇੱਕ ਤਰਕਸ਼ੀਲ ਸਾਹਿਤ ਪੰਜਾਬੀ ਦੇ ਵਿੱਚ ਆਉਂਦਾ ਗਿਆ। ਹਾਲਾਂਕਿ ਉਸ ਤੋਂ ਪਹਿਲਾਂ ਵੀ ਤਰਕਸ਼ੀਲ ਸਾਹਿਤ ਸੀ, ਪਰ ਉਹ ਤਰਕਸ਼ੀਲ ਮੂਵਮੈਂਟ ਕੋਈ ਨਾ ਆਉਣ ਕਰਕੇ ਕੋਈ ਬਹੁਤਾ ਪਾਪੂਲਰ ਨਹੀਂ ਹੋ ਪਾਇਆ। ਜਦੋਂ ਕਿਤਾਬਾਂ ਜਾਂਦੀਆਂ ਰਹੀਆਂ ਤਾਂ ਅੱਗੇ ਚੱਲ ਕੇ ਫਿਰ ਉਹਨਾਂ ਨੂੰ ਲੱਗਿਆ ਵੀ ਇਹ ਕਿਤਾਬਾਂ ਨੂੰ ਛਾਪਣ ਦਾ ਕੋਈ ਸਿਸਟਮ ਚਾਹੀਦਾ, ਤਾਂ ਉਹਨਾਂ ਨੇ ਇੱਕ ਪ੍ਰਕਾਸ਼ਨ ਅਦਾਰੇ ਨਾਲ ਗੱਲਬਾਤ ਕੀਤੀ। ਇਹ 85-86 ਦੀਆਂ ਗੱਲਾਂ ਨੇ, ਉਹਨਾਂ ਨੇ ਕੁਛ ਕਿਤਾਬਾਂ ਨੂੰ ਪੰਜਾਬੀ ਦੇ ਵਿੱਚ ਛਾਪਿਆ ਤਰਕਸ਼ੀਲਾਂ ਨੂੰ, ਪਰ ਇੱਕ ਦੌਰ ਤੋਂ ਬਾਅਦ ਜਦੋਂ ਖਾਲਿਸਤਾਨੀ ਦਹਿਸ਼ਤਗਰਦੀ ਦਾ ਦੌਰ ਸ਼ੁਰੂ ਹੋਇਆ ਤਾਂ ਉਹਨਾਂ ਨੇ ਕਿਤਾਬਾਂ ਛਾਪਣ ਵਾਲੇ ਪਬਲੀਕੇਸ਼ਨ ਅਦਾਰਿਆਂ ਨੂੰ ਕੋਈ ਥਰੈਟਸ ਵਗੈਰਾ ਮਿਲਣ ਲੱਗ ਗਈਆਂ, ਤਾਂ ਉਹਨਾਂ ਨੂੰ ਫਿਰ ਇਹ ਕੰਮ ਮਿੱਤਰ ਜੀ ਨੂੰ ਆਪਦੇ ਹੱਥੀਂ ਲੈਣਾ ਪਿਆ। ਤਾਂ ਜਿਹੜਾ ਪ੍ਰਕਾਸ਼ਨ ਦਾ ਕੰਮ ਹੈ ਬੜਾ ਦਿੱਕਤਾਂ ਵਾ ਪਰ ਅਸੀਂ ਹੁਣ ਤਾਂ ਕੋਈ ਸੌਖਾ ਹੋ ਗਿਆ, ਪਰ 87-88 ਦੇ ਦੌਰ ਦੇ ਵਿੱਚ ਇਹ ਥੋੜ੍ਹਾ ਜਿਹਾ ਜ਼ਿਆਦਾ ਟਰਬਲ ਸੀ, ਨਾ ਕੰਪਿਊਟਰ ਸੀ ਤਾਂ ਕਾਫੀ ਉਹਨਾਂ ਨੂੰ ਤੁਰਨਾ ਫਿਰਨਾ ਪੈਂਦਾ ਸੀ, ਕਦੇ ਉਹ ਜਲੰਧਰ ਜਾਂਦੇ ਅਤੇ ਕਦੇ ਦਿੱਲੀ ਜਾਂਦੇ, ਤਾਂ ਉਹ ਕਿਤਾਬਾਂ ਦਾ ਕੰਮ ਹੈ ਉਹ ਕਰਵਾਉਂਦੇ ਰਹੇ। ਮੈਂ 90 ਤੋਂ 93 ਤੱਕ ਲੁਧਿਆਣੇ ਪੜ੍ਹਿਆ, 93 ਦੇ ਵਿੱਚ ਜਦੋਂ ਮੈਂ ਪੜ੍ਹ ਕੇ ਆਇਆ ਤਾਂ ਮੈਂ 1-2 ਸਾਲ ਟੱਕਰਾਂ ਮਾਰੀਆਂ ਵੀ ਮੈਨੂੰ ਕੋਈ ਕੰਮ ਧੰਦਾ ਮਿਲ ਜਾਵੇ, ਤਾਂ ਮੈਨੂੰ ਜਦੋਂ ਕੋਈ ਢੰਗ ਦਾ ਕੰਮ ਧੰਦਾ ਨਾ ਮਿਲਿਆ ਤਾਂ ਮਿੱਤਰ ਜੀ ਨੇ ਮੈਨੂੰ ਕੰਪਿਊਟਰ ਲੈ ਕੇ ਦਿੱਤਾ, ਤਾਂ ਮੈਂ ਉਹ ਕੰਪਿਊਟਰ 'ਤੇ ਪਹਿਲੇ ਦੌਰ ਦੇ ਵਿੱਚ ਕਿਤਾਬਾਂ ਵਗੈਰਾ ਆਪ ਟਾਈਪ ਕਰਕੇ ਅਸੀਂ ਪਬਲੀਕੇਸ਼ਨ ਦਾ ਕੰਮ ਸ਼ੁਰੂ ਕੀਤਾ। ਤਾਂ ਪਹਿਲੇ ਮੁੱਢਲੇ ਦੌਰ ਦੇ ਵਿੱਚ ਮੈਂ ਤਰਕਸ਼ੀਲ ਕਿਤਾਬਾਂ ਨੂੰ ਹੀ ਮਤਲਬ ਛਾਪਿਆ, ਉਹਨੂੰ ਲੋਕਾਂ 'ਚ ਲੈ ਕੇ ਜਾਣ ਲੱਗੇ। ਹੌਲੀ ਸੋਚ ਸੀ ਤੁਹਾਡੀ ਉਸ ਵੇਲੇ, ਕੀ ਸੋਚ ਲੈ ਕੇ ਤੁਸੀਂ ਸ਼ੁਰੂ ਕੀਤਾ? ਦੇਖੋ ਜਦੋਂ 95 ਦੇ ਵਿੱਚ ਸ਼ੁਰੂ ਕੀਤਾ ਉਦੋਂ ਮੇਰੀ ਤਾਂ ਕੋਈ ਸੋਚ ਵਾਲੀ ਹਜੇ ਡਿਵੈਲਪ ਨਹੀਂ ਹੋਈ ਸੀ, ਅਸੀਂ ਮਿੱਤਰ ਜੀ ਤੋਂ ਜਿਵੇਂ ਉਹ ਕਰਦੇ ਸੀ ਉਹਨਾਂ ਕੋਲ ਹੋਈ ਸੀ, ਪਰ ਜਿਉਂ ਜਿਉਂ ਮੈਂ ਵਿਚਰਿਆ ਥੋੜ੍ਹਾ ਜਿਹਾ ਵੱਡਾ ਹੁੰਦਾ ਗਿਆ ਪਬਲੀਕੇਸ਼ਨ ਨਾਲ ਉਹ ਕਰਦਾ ਰਿਹਾ, ਤਾਂ ਮੈਂ ਇੱਕ ਸੋਚ ਜਿਹੜੀ ਮੈਨੂੰ ਲੱਗਿਆ ਵੀ ਲੋਕਾਂ ਲਈ ਸਾਹਿਤ ਹੋਣਾ ਚਾਹੀਦਾ, ਤਾਂ ਉਹ ਲੋਕਾਂ ਦੇ ਸਾਹਿਤ ਨੂੰ ਕੌਂਸਟ ਕਰਕੇ ਹੀ ਅਸੀਂ ਮੁੱਢਲੇ ਦੌਰ ਦੇ ਵਿੱਚੋਂ ਕਿਤਾਬਾਂ ਛਾਪੀਆਂ, ਜਿਹਦੇ ਵਿੱਚ ਪਹਿਲੇ ਦੌਰ 'ਚ ਤਰਕਸ਼ੀਲ ਸਾਹਿਤ ਛਾਪਿਆ, ਫਿਰ ਅਸੀਂ ਲੋਕਾਂ ਨੂੰ ਹੈਲਥ ਪ੍ਰਤੀ ਅਵੇਅਰ ਕਰਨ ਲਈ ਪੰਜਾਬੀ 'ਚ ਹੈਲਥ ਦੀਆਂ ਕਿਤਾਬਾਂ ਛਾਪੀਆਂ, ਫਿਰ ਜੋ ਸਾਨੂੰ ਲੱਗਿਆ ਵੀ ਤਰਕਸ਼ੀਲ ਕਿਤਾਬਾਂ ਬਹੁਤ ਹੋ ਗਈਆਂ ਤਾਂ ਅਸੀਂ ਕੁਛ ਪ੍ਰੋ ਪੀਪਲ ਲੈਫਟ ਓਰੀਐਂਟਲ ਲਿਟਰੇਚਰ ਪੰਜਾਬੀ 'ਚ ਲੈ ਕੇ ਆਉਣਾ ਸ਼ੁਰੂ ਕੀਤਾ, ਜਿਹਦੇ ਵਿੱਚ ਸਭ ਤੋਂ ਵੱਧ ਕਿਤਾਬਾਂ ਅਸੀਂ ਲੈਫਟ ਦੇ ਵਿੱਚ ਸ਼ਹੀਦ ਭਗਤ ਸਿੰਘ ਹੋਣਾ ਅਤੇ ਉਹਨਾਂ ਦੇ ਸਾਥੀਆਂ ਨਾਲ ਸੰਬੰਧਿਤ ਕਿਤਾਬਾਂ ਜਿਵੇਂ ਸ਼ਹੀਦਾਂ ਦੇ ਅੰਗ ਸੰਗਮਰ, ਸ਼ਹੀਦਾਂ ਦੀਆਂ ਯਾਦਾਂ, ਸ਼ਹੀਦਾਂ ਦੀ ਵਿਰਾਸਤ, ਇਹੋ ਜਿਹੀਆਂ ਕਿਤਾਬਾਂ ਨੂੰ ਪੰਜਾਬੀ 'ਚ ਅਨੁਵਾਦ ਕਰਵਾ ਕੇ ਛਾਪਣਾ ਸ਼ੁਰੂ ਕੀਤਾ। ਤਾਂ ਜਦੋਂ ਇਹ ਕਿਤਾਬਾਂ ਆਉਂਦੀਆਂ ਰਹੀਆਂ ਤਾਂ ਲੋਕਾਂ ਦੀ ਹੋਰ ਮੰਗ ਵੱਧਦੀ ਗਈ, ਫਿਰ ਕੁਛ ਭਾਅ ਜੀ ਗੁਰਸ਼ਰਨ ਭਾਅ ਜੀ ਦੇ ਸਹਿਯੋਗ ਨਾਲ ਅਸੀਂ ਸੂਹੀ ਸਵੇਰ ਪਰਬ ਤੋਂ ਭਾਰੀ ਮੌਤ ਜਾਂ ਹੋਰ ਇਹੋ ਜਿਹੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਲੈ ਕੇ ਆਏ। ਤਾਂ ਫਿਰ ਹੌਲੀ ਹੌਲੀ ਇੱਕ ਦੌਰ ਦੇ ਵਿੱਚ ਸਾਨੂੰ ਲੱਗਿਆ ਵੀ ਜੇ ਪਬਲੀਕੇਸ਼ਨ ਅਦਾਰੇ ਨੂੰ ਚੱਲਦਾ ਰੱਖਣਾ ਤਾਂ ਇਕੱਲਾ ਖੱਬੇ ਪੱਖੀ ਅਤੇ ਤਰਕਸ਼ੀਲ ਸਾਹਿਤ ਨਾਲ
ਇਹਦਾ ਖਰਚੇ ਪੂਰੇ ਨਹੀਂ ਹੁੰਦੇ, ਕਿਉਂਕਿ ਜਦੋਂ ਮਾਰਕੀਟ 'ਚ ਜਾਂਦੇ ਸੀ ਤਾਂ ਮੁਲਾਜ਼ਮਾਂ ਦੇ ਖਰਚੇ ਖੁਰਚੇ ਨਿਕਲਦੇ ਸੀ, ਤਾਂ ਅਸੀਂ ਫਿਰ ਜਨਰਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਾਹਿਤਿਕ ਕਿਤਾਬ ਹੁੰਦੀ ਸੀ ਕੋਈ ਵੀ ਲੈ ਕੇ ਆਉਂਦਾ, ਉਹ ਛਾਪਦੇ ਉਹ ਵੀ ਛਾਪਣੇ ਸ਼ੁਰੂ ਕੀਤੇ। ਅੱਛਾ, ਅਤੇ ਜਿਹੜੀ ਤੁਸੀਂ ਲੈਫਟ ਦੀ ਗੱਲ ਕੀਤੀ ਕਿ ਤੁਸੀਂ ਲੈਫਟ ਓਰੀਐਂਟਡ ਕਿਤਾਬਾਂ ਵੀ ਛਾਪੀਆਂ ਨੇ, ਕਦੇ ਉਹਦੇ ਪਿੱਛੇ ਸਰਕਾਰਾਂ ਵੱਲੋਂ ਕਦੇ ਕੋਈ ਬੰਦਿਸ਼ ਤਾਂ ਨਹੀਂ ਲਗਾਈ ਗਈ ਜਾਂ ਕਦੇ ਕੋਈ ਧਮਕੀ ਵਗੈਰਾ ਮਿਲੀ ਹੋਵੇ? ਨਹੀਂ, ਦੇਖੋ ਜਿਸ ਤਰ੍ਹਾਂ ਦੇ ਮਿੱਤਰ ਜੀ ਨੇ ਕਿਤਾਬਾਂ ਜਾਂ ਸਾਹਿਤ ਲਿਖਿਆ ਉਹ ਤਾਂ ਸਾਨੂੰ ਟਾਈਮ ਬਾਈ ਟਾਈਮ ਚੱਲਦੇ ਰਹੇ ਆ। ਜੋ 95 ਦੇ ਵਿੱਚ ਗਣੇਸ਼ ਦੇ ਦੁੱਧ ਪੀਣ ਵਾਲੀ ਘਟਨਾ ਹੋਈ ਉਦੋਂ ਅਸੀਂ ਬੜਾ ਕੁਛ ਪਰਿਵਾਰਕ ਤੌਰ 'ਤੇ ਝੱਲਿਆ, ਸਾਰਾ ਸ਼ਹਿਰ ਸਾਡੇ ਵਿਰੁੱਧ ਸੀ, ਪਰ ਫਿਰ ਵੀ ਅਸੀਂ ਫਿਰ ਜਦੋਂ ਇੱਕ ਵਾਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਬਿਆਨ ਦਿੱਤਾ ਵੀ ਮੈਂ ਮੇਰੇ ਮਿੱਤਰ ਉਹਨਾਂ ਦੀਆਂ 4 ਕਿਤਾਬਾਂ ਬੈਨ ਕਰਨਾ, ਤਾਂ ਉਦੋਂ ਸਾਨੂੰ ਬੜਾ ਐਂ ਲੱਗਿਆ ਵੀ ਮੇਰੇ ਅਤੇ ਮਿੱਤਰ ਜੀ ਨੂੰ ਦੋਹਾਂ ਨੂੰ ਫੜ ਕੇ ਅੰਦਰ ਕਰਨਗੇ, ਤਾਂ ਪਰ ਉਦੋਂ ਵੀ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਅਤੇ ਉਹ ਸਰਕਾਰ ਨੂੰ ਫੈਸਲਾ ਆਪਦਾ ਵਿਡਰਾ ਕਰਨਾ ਪਿਆ, ਕਿਉਂਕਿ ਉਹ ਜਿਹੜੀਆਂ 4 ਕਿਤਾਬਾਂ ਨੂੰ ਸਰਕਾਰ ਬੈਨ ਕਰਨ ਦੀ ਬਿਉਂਤ ਬਣਾ ਰਹੀ ਸੀ ਉਹ ਛਾਪੀਆਂ ਹੋਈਆਂ ਤਾਂ ਮੇਰੀਆਂ ਹੀ ਸੀਗੀਆਂ, ਮਿੱਤਰ ਜੀ ਦੀਆਂ ਲਿਖੀਆਂ ਵੀ ਸੀ ਜਾਂ ਸੰਪਾਦਕ ਕੀਤੀਆਂ ਹੋਈਆਂ ਸੀ। ਫਿਰ ਕੀ ਹੋਇਆ ਵੀ ਅੱਗੇ ਐਂ ਚੱਲਦੇ ਚੱਲਦੇ ਸਰਕਾਰਾਂ ਨੂੰ ਇਹ ਤਾਂ ਲੱਗਦਾ ਹੀ ਰਿਹਾ ਵੀ ਜਿਸ ਤਰ੍ਹਾਂ ਦਾ ਅਸੀਂ ਲਿਟਰੇਚਰ ਛਾਪਦੇ ਹਾਂ ਉਹ ਲਿਟਰੇਚਰ ਪੜ੍ਹ ਕੇ ਕਿਤੇ ਨਾ ਕਿਤੇ ਮਾਲਵੇ ਦੇ ਇਸ ਖਿੱਤੇ ਵਿੱਚ ਜਾਂ ਪੰਜਾਬ 'ਚ ਲੋਕ ਕਿਹੜੇ ਜਿੰਦਾਬਾਦ ਮੁਰਦਾਕਾਰ ਕਰਦੇ ਆ, ਜਾਗਰੂਕ ਹੁੰਦੇ ਆ, ਤਾਂ ਉਸ ਸੰਦਰਭ ਦੇ ਵਿੱਚ ਉਹਨਾਂ ਨੇ ਪਿੱਛੇ ਜੇ 5-6 ਸਾਲ ਹੋ ਗਏ ਵੀ ਇੱਕ ਬਾਬੂ ਰਜੇਵਾਲੀ ਦੀ ਕਿਤਾਬ ਛਾਪੀ ਮੈਂ। ਜਿਹੜੇ ਪੁਰਾਣੇ ਕਵੀ ਸੀ ਉਹ ਜਾਤੀ ਸੂਚਕ ਸ਼ਬਦ ਯੂਜ਼ ਕਰਦੇ ਸੀ, ਤਾਂ ਬਾਬੂ ਰਜੇਵਾਲੀ ਨੇ ਵੀ ਆਪਦੀਆਂ ਕਿਤਾਬਾਂ 'ਚ ਜਾਤੀ ਸੂਚਕ ਸ਼ਬਦ ਯੂਜ਼ ਕੀਤੇ ਹੋਏ ਸੀ, ਹਾਲਾਂਕਿ ਮੇਰੇ ਤੋਂ ਪਹਿਲਾਂ ਉਹਨਾਂ ਦੀਆਂ ਕਿਤਾਬਾਂ ਭਾਸ਼ਾ ਵਿਭਾਗ ਜਾਂ ਯੂਨੀਵਰਸਿਟੀ ਵਗੈਰਾ ਵੀ ਛਾਪ ਚੁੱਕੇ, ਪਰ ਜਦੋਂ ਮੈਂ ਛਾਪੇ ਤਾਂ ਉਹਨਾਂ ਨੇ ਉਸ ਗੱਲ ਨੂੰ ਇੱਕ ਬੇਸ ਬਣਾ ਕੇ ਮੇਰੇ ਉੱਤੇ SC ST ਐਕਟ ਅਤੇ ਹੋਰ ਦੂਜੀਆਂ ਕਈ ਤਰ੍ਹਾਂਵਾਂ ਦੇ ਹੇਠ ਪਰਚਾ ਦਰਜ ਕਰਤਾ। ਮੈਨੂੰ 15 ਦਿਨ ਜੇਲ੍ਹ 'ਚ ਵੀ ਰਹਿਣਾ ਪਿਆ, ਪਰ ਉਹਨਾਂ ਦਿਨਾਂ ਦੌਰਾਨ ਮੈਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲਿਆ, ਲੋਕਾਂ ਨੇ ਮੇਰੇ ਹੱਕ 'ਚ ਬਹੁਤ ਹਾਅ ਦਾ ਨਾਰਾ ਮਾਰਿਆ, ਅਤੇ ਮਤਲਬ ਕਿ ਮੈਨੂੰ ਲੱਗਿਆ ਵੀ ਜੇ ਤੁਸੀਂ ਕੁਛ ਨਾ ਕੁਛ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਕਰਦੇ ਆ। ਕਿਸ ਤਰ੍ਹਾਂ ਦਾ ਤਰਕਸ਼ੀਲ ਸਾਹਿਤ ਤੁਹਾਡੇ ਕੋਲ ਹੈ, ਕਿਸ ਤਰ੍ਹਾਂ ਦੀ ਕਿਤਾਬ? ਦੇਖੋ ਅਸੀਂ ਨਾ ਪਹਿਲੇ ਦੌਰ ਦੇ ਵਿੱਚ ਜਿਵੇਂ ਡਾਕਟਰ ਕਪੂਰ ਨੂੰ ਪੰਜਾਬੀ 'ਚ ਲੈ ਕੇ ਆਏ, ਉਹਨਾਂ ਦੀ ਕਿਤਾਬ ਦੇਵ ਪ੍ਰਸ਼ਾਰ ਕੇ ਲਿਆਂਦੀ, ਉਸ ਤੋਂ ਬਾਅਦ ਦੇਵਦੈਨ ਅਤੇ ਰੂਹਾਂ ਲਿਆਂਦੀ, ਫਿਰ ਰੌਸ਼ਨੀ, ਤਰਕ ਬਾਣੀ ਅਤੇ ਤਰਕ ਜੋਤੀ, ਜਦੋਂ ਇਹ ਕਿਤਾਬਾਂ ਲਿਆਏ ਫਿਰ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਲੋਕਾਂ ਨੂੰ ਕੁਛ ਹੋਰ ਚਾਹੀਦਾ, ਫਿਰ ਅਸੀਂ ਸਿਗਮੰਡ ਫਰਾਇਡ ਨੂੰ ਪੰਜਾਬੀ 'ਚ ਅਨੁਵਾਦ ਕਰਵਾਇਆ, ਜਿਹ 'ਚ ਸ਼੍ਰੀ ਹਰਜੀਤ ਸਿੰਘ ਮਾਂਗਟ ਇੱਕ ਪਹਿਲਾਂ CPI ਦੇ ਵੱਡੇ ਕਾਮਰੇਡ ਰਹੇ, ਫਿਰ ਗੁਜਰਾਤ 'ਚ ਚਲੇ ਗਏ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ, ਉਹਨਾਂ ਨੇ ਮਾਂਗਟ ਜੀ ਨੇ ਸਾਨੂੰ ਫਰਾਇਡ ਨੂੰ ਪੰਜਾਬੀ 'ਚ ਅਨੁਵਾਦ ਕਰਕੇ ਦਿੱਤਾ, ਅਸੀਂ ਉਹ ਛਾਪਿਆ, ਲੋਕਾਂ ਦਾ ਵਧੀਆ ਹੁੰਗਾਰਾ ਰਿਹਾ। ਫਰਾਇਡ ਤੋਂ ਬਾਅਦ ਮਿੱਤਰ ਜੀ ਦੀ ਬੜੀ ਲੰਬੇ ਸਮੇਂ ਦੀ ਇੱਛਾ ਸੀ ਵੀ ਜਿਹੜੀ ਥਿਓਰੀ ਦੇ ਉੱਤੇ ਵਿਗਿਆਨ ਖੜ੍ਹਾ ਉਹ ਹੈਗੀ ਚਾਰਲਸ ਡਾਰਵਿਨ। ਡਾਰਵਿਨ ਦੀਆਂ 2 ਕਿਤਾਬਾਂ ਉਹਨਾਂ ਨੇ ਮਾਂਗਟ ਸਾਹਿਬ ਨੂੰ ਕਿਹਾ ਵੀ ਸਾਡੇ ਲਈ ਅਨੁਵਾਦ ਕਰਕੇ ਦਿਉ। ਉਹਨਾਂ ਨੇ ਜਿਹੜੀ ਪਹਿਲੀ ਕਿਤਾਬ ਸੀ ਡਾਰਵਿਨ ਦੀ ਲਿਖੀ ਵੀ ਓਰੀਜਨ ਆਫ ਸਪੀਸੀਸ, ਉਹਦਾ ਪੰਜਾਬੀ ਅਨੁਵਾਦ ਛਾਪਿਆ ਸੀ ਜੀਵ ਦੀ ਉਤਪਤੀ, ਫਿਰ ਓਰੀਜਨ ਆਫ ਮੈਨ ਮਨੁੱਖ ਦੀ ਉਤਪਤੀ। ਉਹ ਕਿਤਾਬਾਂ ਇਹੋ ਜਿਹੀਆਂ 2 ਕਿਤਾਬਾਂ ਨੇ ਜਿਹੜੀਆਂ ਮਤਲਬ ਕਿ ਜੇ ਧਾਰਮਿਕ ਲੋਕਾਂ ਲਈ ਧਾਰਮਿਕ ਗ੍ਰੰਥ ਕੋਈ ਥਾਂ ਰੱਖਦੇ ਆ ਤਾਂ ਜਿਹੜੇ ਰੱਬ ਨੂੰ ਨਹੀਂ ਮੰਨਣ ਵਾਲੇ ਨਾਸਤਿਕ ਲੋਕ ਨੇ ਜਾਂ ਤਰਸ਼ੀ ਲੋਕ ਨੇ ਉਹਨਾਂ ਲਈ ਵੀ ਇੱਕ ਗ੍ਰੰਥ ਦੀ ਤਰ੍ਹਾਂ ਕੰਮ ਕਰਦੀਆਂ ਨੇ। ਇਹ ਤੋਂ ਬਿਨਾਂ ਹੋਰ ਬਹੁਤ ਵੱਡੇ ਵੱਡੇ ਅਸੀਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਬਹੁਤ ਤਰਸ਼ੀਲ ਸਾਹਿਤ ਛਾਪਿਆ, ਉਹ ਤੋਂ ਬਿਨਾਂ ਬਹੁਤ ਸਾਰੀਆਂ ਕਿਤਾਬਾਂ ਅਨੁਵਾਦ ਕਰਕੇ ਪੰਜਾਬੀ 'ਚ ਲਿਆਉਂਦੀਆਂ। ਲੋਕਾਂ 'ਚ ਕਿਵੇਂ ਲੈ ਕੇ ਜਾਂਦੇ ਤਰਕਸ਼ੀਲ ਸਾਹਿਤ ਤੁਸੀਂ?
ਦੇਖੋ ਸਾਡੇ ਕੋਲ ਮੇਨਲੀ ਅਸੀਂ ਕੀ ਹੈ, ਜੋ ਵੀ ਕਿਤਾਬ ਛਾਪਦੇ ਹਾਂ ਉਹ ਪੰਜਾਬ ਦੀਆਂ ਲਗਭਗ ਸਾਰੀਆਂ ਦੁਕਾਨਾਂ 'ਤੇ ਉਪਲਬਧ ਕਰਵਾਉਂਦੇ ਹਾਂ। ਉਹ ਤੋਂ ਬਿਨਾਂ ਸਾਡੇ ਕੋਲ ਕਾਫੀ ਸਾਰੀਆਂ ਮੂਵਿੰਗ ਸਟਾਲਜ ਨੇ, ਜਿਹੜੀਆਂ ਉਹ ਸਟਾਲਜ ਨੇਗੀਆਂ ਉਹ ਕੀ ਕਰਦੀਆਂ ਨੇ ਵੀ ਉਹ ਅਸੀਂ ਉਹਨਾਂ ਨੂੰ ਕਿਤਾਬਾਂ ਦਿੰਦੇ ਹਾਂ। ਉਹ ਅੱਡ ਅੱਡ ਥਾਵਾਂ 'ਤੇ ਜਿੱਥੇ ਕੋਈ ਤਰਛੀਲ ਮੇਲਾ ਹੁੰਦਾ, ਇਨਕਲਾਬੀ ਮੇਲਾ ਹੁੰਦਾ ਜਾਂ ਕਿਸਾਨਾਂ ਦਾ ਇਕੱਠ ਹੁੰਦਾ, ਕੋਈ ਬਜ਼ਾਰਾ ਹੁੰਦਾ, ਉੱਥੇ ਸਟਾਲ ਚਲਾਉਂਦੀ ਹੈ ਅਤੇ ਉਹ ਕਿਤਾਬਾਂ ਵੇਚ ਕੇ ਆਪਦਾ। ਇਸ ਤਰ੍ਹਾਂ ਸਾਡੇ ਨਾਲ 25-30 ਲੋਕ ਜੁੜੇ ਹੋਏ ਨੇ ਜਿਹੜੇ ਅੱਡ ਅੱਡ ਥਾਵਾਂ 'ਤੇ ਕੰਮ ਕਰਦੇ ਆ। ਹੁਣ ਤਾਂ ਕਈ ਨਾਟਕ ਟੀਮਾਂ ਵੀ ਨੇ ਜਿਹੜੀਆਂ ਇਹੀ ਕੰਮ ਕਰਦੀਆਂ। ਪਟਿਆਲੇ ਤੋਂ ਇੱਕ ਦੋਸਤ ਹੈ ਸਤਪਾਲ ਨਾਟਕਕਾਰ, ਉਹਦੀ ਬਹੁਤ ਫੇਮਸ ਨਾਟਕ ਟੀਮ ਹੈ, ਉਹ ਨਾਟਕ ਟੀਮ ਦੇ ਨਾਲ ਨਾਲ ਸਾਤੋਂ ਕਿਤਾਬਾਂ ਵੀ ਲੈਂਦਾ ਅਤੇ ਉਹਦੀ ਸਟਾਲ 'ਚ ਵੀ ਲਾਉਂਦਾ। ਅੱਛਾ, ਅਤੇ ਲੋਕਾਂ ਦਾ ਕੀ ਹੁੰਗਾਰਾ ਮਿਲਿਆ ਤੁਹਾਨੂੰ ਹੁਣ ਤੱਕ ਤਰਕਸ਼ੀਲ ਸਾਹਿਤ ਤੋਂ, ਜਾਂ ਕਿਸ ਤਰ੍ਹਾਂ ਦਾ ਜਿਹੜਾ ਪਾਠਕ ਵਰਗ ਹੈ ਉਹ ਤੁਹਾਡੇ ਕੋਲ ਇਹਦੀ ਮੰਗ ਕਰਦਾ ਕਿ ਤਰਕਸ਼ੀਲ ਕਿਤਾਬਾਂ? ਦੇਖੋ ਤਰਕਸ਼ੀਲ ਸਾਹਿਤ ਨੂੰ ਜੇ ਅਸੀਂ ਦੇਖਣਾ ਚਾਹੇ ਹੋਵੇ ਤਾਂ ਕਿਸੇ ਵੀ ਪੰਜਾਬ ਦਾ ਜਿਹੜਾ ਚਰਚਿਤ ਲਿਟਰੇ ਜਦੋਂ ਵਧੀਆ ਤੋਂ ਵਧੀਆ ਵਿਕਣ ਵਾਲਾ ਜਿਹੜਾ ਸਾਹਿਤ ਆ, ਉਹਦੇ ਮੁਕਾਬਲੇ ਤਰਕਸ਼ੀਲ ਸਾਹਿਤ ਦੀ ਮੈਨੂੰ ਲੱਗਦਾ ਵੀ ਵੱਧ ਗਿਣਤੀ 'ਚ ਲੋਕਾਂ ਨੇ। ਸਾਡੇ ਕੋਲ ਕਈ ਕਿਤਾਬਾਂ ਇਹੋ ਜਿਹੀਆਂ ਨੇ ਜਿਹੜੀਆਂ ਲੱਖਾਂ ਦੀ ਗਿਣਤੀ, ਜਿਵੇਂ ਦੇਵਪੁਰ ਚਾਰ ਕੀ ਕਿਤਾਬ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ 'ਚ ਜਾ ਚੁੱਕੀ ਹੈ। ਮਿੱਤਰ ਜੀ ਦੀ ਲਿਖੀ ਵਿੱਚ ਕਣਕਣ ਵਿੱਚ ਵਿਗਿਆਨ ਕਿਤਾਬ ਹੈ, 50-60 ਹਜ਼ਾਰ ਦੇ ਕਰੀਬ ਗਈ ਹੈ। ਮਾਧੇ ਤੋਂ ਮਨੁੱਖ ਤੱਕ ਹੈ, ਰੌਸ਼ਨੀ ਹੈ, ਤਰਕਵਾਣੀ, ਤਰਕ ਜੋਤੀ ਹੈ, ਜਿਹੜੀਆਂ ਅਸੀਂ ਬਹੁਤੀ ਨਾ 30-40 ਹਜ਼ਾਰ ਕਿਤਾਬਾਂ ਲਾ ਚੁੱਕੇ ਹਾਂ ਹੁਣ ਤੱਕ, ਹੈ ਨਾ। ਉਹ ਤੋਂ ਬਿਨਾਂ ਇਨਕਲਾਬੀ ਸਾਹਿਤ ਜਿਹੜਾ ਵੱਡੀ ਗਿਣਤੀ। ਅੱਛਾ, ਅਤੇ ਲੋਕਾਂ ਦੇ ਜੀਵਨ ਦੇ ਵਿੱਚ ਕਿਉਂਕਿ ਵਹਿਮ ਭਰਮ ਬਹੁਤ ਜ਼ਿਆਦਾ ਵਧੇ ਹੋਏ ਨੇ, ਤੁਸੀਂ ਕੀ ਸੋਚਦੇ ਹੋ ਕਿ ਤਰਕਸ਼ੀਲ ਸਾਹਿਤ ਦੀ ਕੀ ਮਹੱਤਤਾ ਹੈ ਅਤੇ ਕਿਉਂ ਪੜ੍ਹਨਾ ਚਾਹੀਦਾ ਲੋਕਾਂ ਨੂੰ? ਦੇਖੋ ਜੇ ਕਿਸੇ ਨੇ ਜਿਉਣ ਦਾ ਢੰਗ ਸਿੱਖਣਾ ਤਾਂ ਉਹਨੂੰ ਤਰਕਸ਼ੀਲ ਸਾਹਿਤ ਹੀ ਪੜ੍ਹਨਾ ਚਾਹੀਦਾ। ਜਿਹੜਾ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਸਾਹਿਤ ਹੈ ਤਾਂ ਉਹ ਇੱਕ ਹੋਰ ਤਰ੍ਹਾਂ ਦੀ, ਇੱਕ ਬੰਦੇ ਦੇ ਜਿਹੜੇ ਦਿਮਾਗ ਦੇ ਖਾਨਿਆਂ ਨੂੰ ਬੰਦ ਕਰੇਗਾ। ਤਰਕਸ਼ੀਲ ਸਾਹਿਤ ਜਿਹੜਾ ਦਿਮਾਗ ਦੇ ਖਾਨਿਆਂ ਨੂੰ ਖੋਲ੍ਹਦਾ, ਸਾਡਾ ਇਹ ਮੰਨਣਾ ਹੈ। ਇਸ ਲਈ ਸਾਨੂੰ ਲੱਗਦਾ ਵੀ ਤਰਕਸ਼ੀਲ ਸਾਹਿਤ ਲੋਕਾਂ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ। ਅੱਛਾ, ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਉਹ ਤੁਹਾਡੇ ਕੋਲ ਆ ਕੇ ਤਰਕਸ਼ੀਲ ਕਿਤਾਬਾਂ ਦੀ ਮੰਗ ਕਰਦੀ ਹੈ? ਦੇਖੋ ਨੌਜਵਾਨ ਪੀੜ੍ਹੀ ਕਰਦੀ ਹੈ, ਪਰ ਹੁਣ ਪਿਛਲੇ ਕੁਛ ਟਾਈਮਾਂ 'ਚ ਜਦੋਂ ਤਾਂ ਫੇਸਬੁੱਕ, ਵਟਸਐਪ ਚੱਲਿਆ ਤਾਂ ਰੁਝਾਨ ਘਟਿਆ, ਅਦਰਵਾਈਜ਼ ਕਿਉਂਕਿ ਹੁਣ ਉਹਨਾਂ ਨੂੰ ਹੋਰ ਬਹੁਤ ਕੁਛ ਪੜ੍ਹਨ ਨੂੰ ਮਿਲ ਜਾਂਦਾ, ਜਿਹਦੇ ਕਰਕੇ ਜਿੱਥੇ ਉਹ ਦੂਜੇ ਤਰ੍ਹਾਂ ਲਿਟਰੇਚਰ ਦਾ ਘਟਿਆ, ਉਹ 'ਚ ਤਰਕਸ਼ੀਲ ਲਿਟਰੇਚਰ ਦਾ ਵੀ ਘਟਿਆ। ਪਰ ਅਸੀਂ ਮੁੱਢਲੇ ਤੌਰ 'ਚ ਜਿਹੜੀਆਂ ਕਿਤਾਬਾਂ ਛਾਪੀਆਂ ਨੇ ਉਹਨਾਂ ਨੇ ਪੰਜਾਬ ਦੀ ਫਿਜ਼ਾ 'ਚ ਇੱਕ ਨਵੀਂ ਤਰ੍ਹਾਂ ਦਾ ਇੰਪੈਕਟ ਛੱਡਿਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣਾਉਣਾ। ਮੈਂ ਸਾਡਾ ਇਹ ਮੰਨਣਾ ਵੀ ਇੱਕ ਦੌਰ ਦੇ ਵਿੱਚ ਜਦੋਂ ਪਿੱਛੇ ਲੋਕ ਸਭਾ ਇਲੈਕਸ਼ਨ ਹੋਈਆਂ, ਹੁਣ ਲੋਕ ਸਭਾ ਇਲੈਕਸ਼ਨ ਚੱਲਦੀਆਂ ਨੇ, ਮਾਲਵੇ ਦੇ ਜਿਹੜੇ ਖਿੱਤੇ 'ਚ ਆਪਾਂ ਬੈਠੇ ਹਾਂ ਉਸ ਖਿੱਤੇ ਦੇ ਆਲੇ ਦੁਆਲੇ 4 ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ, ਠੀਕ ਹੈ। ਆਮ ਆਦਮੀ ਪਾਰਟੀ ਸਾਰੇ ਭਾਰਤ 'ਚ ਉਸ ਵੇਲੇ ਉੱਤਰੀ ਭਾਰਤ 'ਚ ਇਲੈਕਸ਼ਨ ਲੜਦੀ ਹੈ, ਬਾਕੀ ਸਾਰੇ ਥਾਵਾਂ ਤੋਂ ਹਾਰ ਜਾਂਦੀ ਹੈ। ਜੋ ਇਸ ਖਿੱਤੇ 'ਚ ਜਿੱਤਦੀ ਹੈ ਤਾਂ ਸਾਨੂੰ ਇਹ ਲੱਗਦਾ ਵੀ ਇੱਥੋਂ ਦੇ ਲੋਕਾਂ ਦਾ ਸੋਚਣ ਦਾ ਲੈਵਲ ਹੈ ਜਿਹੜਾ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਉੱਚਾ, ਹੈ ਨਾ। ਉਹਦੇ ਵਿੱਚੋਂ ਜਿਹੜਾ ਸਾਡਾ ਪਿਛਲੇ 84 ਤੋਂ ਲੈ ਕੇ ਹੁਣ ਤੱਕ ਦਾ ਲਿਟਰੇਚਰ ਪੱਖੋਂ ਕੰਮ ਕੀਤਾ ਹੈ ਉਸ ਚੀਜ਼ ਦੀ ਐਗਜ਼ਾਮਪਲ ਹੈ ਇੱਕ, ਜਿਹਨੇ ਜਿਹੜੇ ਲਟੇਰੀ ਕਿਸਮ ਦੇ ਲੋਕਾਂ ਨੂੰ ਜਾਂ ਸਿਆਸਤਦਾਨਾਂ ਖਿਲਾਫ਼ ਲੋਕਾਂ ਨੂੰ ਉੱਠ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ, ਹੈ ਨਾ, ਜਿਹਦੇ 'ਚ ਲੋਕਾਂ ਨੇ ਬਦਲ 'ਚੋਂ ਆਮ ਆਦਮੀ ਪਾਰਟੀ ਨੂੰ ਜਿਤਾਇਆ, ਹੋਰ ਗੱਲ ਹੈ ਵੀ ਉਹ ਬਾਅਦ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਕਸੌਟੀਆਂ 'ਤੇ ਖਰੇ ਨਾ ਉਤਰ ਸਕੇ। ਅੱਛਾ, ਜਾਂਦੇ ਜਾਂਦੇ ਪਾਠਕਾਂ ਨੂੰ ਜਾਂ ਦਰਸ਼ਕਾਂ ਨੂੰ ਕੁਝ ਕਹਿਣਾ ਹੋਵੇ ਤਾਂ ਕੁਝ ਕਿਤਾਬਾਂ ਰਿਕਮੈਂਡ ਕਰਨੀਆਂ ਹੁਣ ਪੜ੍ਹਨ ਲਈ ਜਿਹੜੀਆਂ ਜ਼ਰੂਰੀ? ਮੈਨੂੰ ਲੱਗਦਾ ਵੀ ਲੋਕਾਂ ਨੂੰ ਤਰਕਸ਼ੀਲ ਸਾਹਿਤ ਨਾਲ ਜੁੜਨਾ ਚਾਹੀਦਾ। ਜੋ ਤਰਕਸ਼ੀਲ ਸਾਹਿਤ ਨਾਲ ਜੁੜਨਗੇ, ਆਪਦਾ ਜਿਉਣ ਢੰਗ ਤਰਕਸ਼ੀਲ ਬਣਾਉਣਗੇ ਤਾਂ ਉਹ ਜ਼ਿੰਦਗੀ 'ਚ ਤਰੱਕੀ ਕਰਨਗੇ। ਉਹ ਕਿਤੇ ਕਿਸੇ ਪੰਡਤਾਂ ਦੀ, ਕਿਸੇ
ਸਾਰਾ ਸੰਤਾਂ ਦੇ ਜੁੰਗਲਾਂ 'ਚੋਂ ਬਚੇ ਰਹਿਣਗੇ, ਹੈ ਨਾ। ਅਤੇ ਜਿੱਥੋਂ ਤੱਕ ਤਰਖੀ ਕਿਤਾਬਾਂ ਦਾ ਮੰਨਣਾ, ਮੈਨੂੰ ਲੱਗਦਾ ਵੀ ਦੇਵ ਪ੍ਰਚਾਰ ਕੇ ਦੇਵ ਨਾਇਣ ਅਤੇ ਰੂਹਾਂ, ਰੋਸ਼ਨੀ ਤਰਕ ਬਾਣੀ, ਤਰਕ ਜੋਤੀ, ਕਣਕਣ ਵਿੱਚ ਵਿਗਿਆਨ ਜਾਂ ਸ਼ੰਕਾ ਨਵਿੱਤੀ ਵਰਗੀਆਂ ਦੀਆਂ ਕਿਤਾਬਾਂ ਜਿਹੜੀਆਂ ਹਰ ਕਿਸੇ ਨੂੰ ਪੜ੍ਹਨੀਆਂ ਚਾਹੀਦੀਆਂ। ਅਸੀਂ ਗਰੰਟੀ ਕਰਦੇ ਵੀ ਜਿਹਨਾਂ ਘਰਾਂ 'ਚ ਕਿਤਾਬਾਂ ਸਾਡੀਆਂ ਪਈਆਂ ਹੋਣਗੀਆਂ, ਨਾ ਤਾਂ ਉਹਨਾਂ ਦੇ ਘਰਾਂ 'ਚ ਭੂਤ ਪ੍ਰੇਤ ਵੜ ਸਕਣ, ਨਾ ਹੀ ਕਿਸੇ ਪ੍ਰਕਾਰ ਦੇ ਅੰਧ ਵਿਸ਼ਵਾਸ ਹੋ ਸਕਣ, ਅਤੇ ਉਹਨਾਂ ਦੇ ਬੱਚਿਆਂ ਦੀ ਸੋਚ ਵੀ ਬਹੁਤ ਡਿਵੈਲਪ ਹੋਏਗੀ ਅੱਗੇ ਚੱਲ। ਬਹੁਤ ਚੰਗਾ ਲੱਗਿਆ ਗੱਲ ਕਰਕੇ, ਧੰਨਵਾਦ ਤੁਹਾਡਾ। ਦੋਸਤੋ, ਇਹ ਸਨ ਤਰਕ ਭਾਰਤੀ ਪ੍ਰਕਾਸ਼ਨ ਦੇ ਕਰਤਾ ਧਰਤਾ ਅਮਿਤ ਮਿੱਤਰ ਜੀ। ਕਿਸੇ ਦਿਨ ਕਿਸੇ ਹੋਰ ਪ੍ਰਕਾਸ਼ਨ ਦੇ ਕੋਲ ਤੁਹਾਨੂੰ ਲੈ ਕੇ ਚੱਲਾਂਗੇ, ਤਦ ਤੱਕ ਦੇ ਲਈ ਦੇਖਦੇ ਰਹੋ ਸੂਈ ਸਵੇਰ ਚੈਨਲ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ। ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ, ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ, ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।